ਜੀਤ ਸਿੰਘ ਸੰਧੂ ਦਾ ਨਾਵਲ ਜੰਗ ایਉਂ ਵੀ ਦੇ 13ਵੇਂ ਭਾਗ ਦਾ ਬਾਕੀ ਦਾ ਹਿੱਸਾ ਹਾਂ ਹੁਣ ਦੱਸਿਆ ਜੋ ਦੂਜੇ ਕਮਰੇ ਚੋਂਦਿਆਂ ਜਿਵੇਂ ਪਹਿਲਾਂ ਦੱਸਿਆ ਡਿਲੀਟ ਹੋ ਗਿਆ ਸੀ ਉਸ ਦੱਸੇ ਤੇ ਸੰਧੂਰਾ ਸਿੰਘ ਦੀ ਪਰਤ ਚੜ ਗਈ ਸੀ ਜਨਾਬ ਇੰਨੀ ਵਿਆਖਿਆ ਕਰਨ ਦਾ ਟਾਈਮ ਨਹੀਂ ਹੈ ਤੁਸੀਂ ਥਾਣੇ ਫੋਨ ਕਰੋ ਅਸੀਂ ਕੁੜੀ ਨੂੰ ਲੈ ਕੇ ਹਸਪਤਾਲ ਜਾਂਦੇ ਆ ਆਪਣੇ ਨਾਲ ਹੀ ਐ ਹੋਣ ਲੱਗ ਪਈ ਤਾਂ ਆਮ ਵਰਕਰਾਂ ਦਾ ਕੀ ਬਣੋ ਗੋਇਲ ਨੂੰ ਆਪਣੀ ਧੀ ਵੀ ਤਰੇਕ ਵਾਂਗ ਵੱਧਦੀ ਆਉਂਦੀ ਦੀ ਸੀ ਤੇ ਨਾਲੇ ਉਹਦੇ ਘਰੋਂ ਵੀ ਤਾਂ ਆਪਟਿਸ਼ਨ ਪੜਾ ਕੇ ਨੇਰੇ ਹੀ ਆਉਂਦੀ ਸੀ ਕਈ ਅਫਸਰਾਂ ਦੇ ਘਰ ਵਾਲੀਆਂ ਜਿਨ੍ਹਾਂ ਕੋਲ ਪੱਕੀਆਂ ਨੌਕਰੀਆਂ ਵੀ ਸਨ ਮੰਡੀ 'ਚ ਟਿਊਸ਼ਨ ਪੜਾਉਣ ਜਾਂਦੀਆਂ ਸੀ ਚੰਗੇ ਖਾਂਦੇ ਪੀਂਦੇ ਘਰਾਂ ਦੇ ਬੱਚੇ ਉਹਨਾਂ ਦੀ ਚੰਗੀ ਆਮਦਨੀ ਦਾ ਸਾਧਨ ਬਣ ਜਾਂਦੇ ਸਨ ਤੱਤੇ ਨਾਲ ਲੱਕੋ ਪਹਿਲਾਂ ਮੇਰੀ ਗੱਲ ਸੁਣੋ ਧਿਆਨ ਨਾਲ ਗੁੱਤੇ ਨੇ ਬਣਿਆ ਪੈਗੀ ਕਿਸਾ ਚ ਪੀਤਾ ਤੇ ਕਾਜੂ ਮੂੰਹ 'ਚ ਪਾਉਂਦੇ ਆ ਗੱਲ ਦੀ ਲੜੀ ਫੇਸ਼ ਚਾਲੂ ਕੀਤੀ ਇਨਾਲ ਫੰਡਰਾਂ ਦਾ ਕੀ ਵਿਗੜ ਜਾਊ ਕੁੜੀ ਦੀ ਬਦਨਾਮੀ ਇੰਨੀ ਹੋ ਜਾਊ ਕਿ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਉਹਨੇ ਰਹਿਣਾ ਨਾ ਹੀ ਮੈਣੀ ਤੂੰ ਅਜੇ ਗੱਲ ਆਪਣੇ ਵਿੱਚ ਹੀ ਆ ਠੱਪ ਦਿਓ ਜੋ ਹੋਇਆ ਭੁੱਲ ਜਾਓ ਕੀ ਕਰ ਲਓਗੇ ਇਹਨਾਂ ਫੰਡਰਾਂ ਦਾ ਉਹ ਮੈਂ ਤੁਹਾਡੇ ਤੋਂ ਪਾਸੇ ਨਹੀਂ ਸਰੇ ਤੁਸੀਂ ਆਖ ਦਿਓ ਅੱਜ ਮੈਣੀ ਨਾਲ ਹੋਇਆ ਕੱਲ ਨੂੰ ਆਪਣੇ ਨਾਲ ਹੋ ਹੁਣ ਸਮਝ ਪੈਂਦੀ ਆ ਸੁਪਰਵਾਈਜ਼ਰ ਗੁਰਪੰਤ ਸਾਰੀ ਦਾ ਸੱਚਾ ਸੀ ਸਗੋਂ ਆਪਾਂ ਉਹਨੂੰ ਮੂੰਹ ਨੂੰ ਤਾਲਾ ਲਾਉਣ ਲੱਗ ਪਏ ਗੋਇਲ ਨੇ ਆਖਿਆ ਮੈਣੀ ਨੇ ਜਿਵੇਂ ਪਹਿਲੀ ਵਾਰ ਮੂੰਹ ਖੋਲਿਆ ਸਰ ਆਪਾਂ ਜੋ ਕਰਨਾ ਕਰੀਏ ਮੇਰੀ ਬੱਚੀ ਦਾ ਪਤਾ ਨਹੀਂ ਕੀ ਹਾਲ ਹੋ ਉਹਦੀਆਂ ਅੱਖਾਂ ਲਾਲ ਸੁਰਕ ਸਨ ਗੁੱਪਤੇ ਤੇ ਇੱਕ ਰੋਧ ਵੀ ਆ ਰਿਹਾ ਸੀ ਜਿਹੜਾ ਐਡੇ ਹੋਏ ਵਾਕੂਏ ਨੂੰ ਗੰਦਾਲਣ ਦੀਆਂ ਗੱਲਾਂ ਤੇ ਉਤਰ ਆਇਆ ਸੀ ਤੂੰ ਚੱਲ ਘਰ ਨੂੰ ਮੈਂ ਛੇਬਰ ਹਸਪੀਟਲ ਨੂੰ ਫੋਨ ਕਰਦਾ ਡਾਕਟਰ ਪੁਨੀਤ ਫੌਰੀ ਆਜੂ ਗੁੱਪਤੇ ਨੇ ਆਖਿਆ ਜਨਾਬ ਪੁਲਿਸ ਕੇਸ ਆ ਤੁਸੀਂ ਕਿਰਾਂ ਕੁੜੀ ਦਾ ਇਲਾਜ ਤਾਂ ਕਰਾਓ ਮੈਂ ਹੁਣੇ ਫੋਨ ਕਰਦਾ ਪੁਨੀਤ ਆਈ ਲੈ ਆਪਣੇ ਰਿਸ਼ਤੇਦਾਰਾ ਉਹ ਪੈਰ ਜੁੱਤੀ ਨਹੀਂ ਪਾਉਣੀ ਉਹਨੇ ਤਾਂ ਆਖ ਗੁਪਤੇ ਨੇ ਮੈਸਟੇਪਿਆ ਮੋਬਾਈਲ ਚੱਕ ਨੰਬਰ ਮਲਾਇਆ ਤੇ ਡਾਕਟਰ ਪੁਨੀਤ ਨੂੰ ਫੌਰੀ ਆਪਣੀ ਕੋਠੀ ਆਉਣ ਲਈ ਆਖ ਦਿੱਤਾ ਤੇ ਬੋਲਿਆ ਮੁੱਢਲਾ ਇਲਾਜ ਮੈਣੀ ਪਹਿਲਾਂ ਪਾਕੀ ਬਾਤ ਆਖ ਉਸ ਮੈਣੀ ਨੂੰ ਤੋਰ ਦਿੱਤਾ ਤੇ ਗੋਇਲ ਨੂੰ ਰੁਕਣ ਲਈ ਆਖਿਆ ਮੈਣੀ ਤੁਰ ਗਿਆ ਤਾਂ ਖਾਲੀ ਪਏ ਗਲਾਸ ਵੱਲ ਹੱਥ ਕੀਤਾ ਲੈ ਪਹਿਲਾਂ ਪੈਗ ਪਾ ਦੂੰ ਫਿਰ ਸਮਝਾਉਣਾ ਮੈਂ ਤੈਨੂੰ ਐਮ ਡੀ ਗੁਪਤਾ ਕੱਲਾ ਹੀ ਰਹਿੰਦਾ ਸੀ ਘਰ ਵਾਲੀ ਮਹੀਨੇ ਵੀ ਦਿਨੀ ਆਉਂਦੀ ਇੱਕ ਦੋ ਰਾਤਾਂ ਲਾ ਤੁਰ ਜਾਂਦੀ ਕਦੀ ਗੁਪਤਾਬ ਚਲਿਆ ਜਾਂਦਾ ਰੋਟੀ ਪਾਣੀ ਲਈ ਰਸੋਈਆ ਰੱਖਿਆ ਸੀ ਹੋਰ ਵੀ ਨਿੱਕੀ ਮੋਟੀ ਜ਼ਿੰਮੇਵਾਰੀ ਵਾਲੇ ਕੰਮ ਉਸ ਜਿੰਮੇ ਹੀ ਸੀ ਜ਼ਿਆਦਾ ਕਦੀ ਕੰਮ ਹੁੰਦਾ ਤਾਂ ਕੋਈ ਟ੍ਰੇਨੀ ਬੁਲਾ ਲਿਆ ਜਾਂਦਾ ਨਾ ਚਾਉਂਦਿਆਂ ਵੀ ਗੋਇਲ ਪੈਗ ਬਣਾ ਕੇ ਪੀ ਗਿਆ ਤੇ ਫਿਰ ਐਮ ਡੀ ਦੇ ਮੂੰਹ ਵੱਲ ਝਾਕਿਆ ਜਿਵੇਂ ਆਖੋ ਕੀ ਆਖਣਾ ਹੈ ਆਖਿਆ ਹੋਵੇ ਉਦੋਂ ਐਮ ਐਲ ਏ ਸਾਹਿਬ ਦਾ ਫੋਨ ਆਇਆ ਸੀ ਇਹ ਮਾਮਲਾ ਆਪਾਂ ਥਾਣੇ ਨਹੀਂ ਜਾਣ ਦੇਣਾ ਜਿਵੇਂ ਵੀ ਨਿਭੜੇ ਨਿਭੇੜਨਾ ਗੁਪਤੇ ਨੇ ਆਖਿਆ ਆਪਣੇ ਲਈ ਪੈਗ ਹੋਰ ਬਣਾ ਲਿਆ ਗੋਇਲ ਦਾ ਗਲਾਸ ਵੀ ਭਰਤਾ ਅੱਜ ਮੈਣੀ ਨਾਲ ਹੀ ਘਟਨਾ ਵਾਪਰੀ ਆ ਸਰ ਕੱਲ ਨੂੰ ਆਪਣੇ ਨਾਲ ਵੀ ਤੂੰ ਗੋਇਲ ਸਮਝਣ ਦੀ ਕੋਸ਼ਿਸ਼ ਕਰ ਐਮਐਲਏ ਸਾਹਿਬ ਦੀ ਆਪਾਂ ਅੱਖ ਹੀ ਨਹੀਂ ਟਾਲ ਸਕਦੇ ਕੱਲ ਕੋਲੋਤਰ ਨੂੰ ਉਹ ਮੰਤਰੀ ਬਣਨ ਵਾਲੇ ਆ ਚੀਫ ਮਨਿਸਟਰ ਨਾਲ ਉਹਦੀ ਸਿੱਧੀ ਆ ਤੂੰ ਇਹ ਗੱਲ ਕਿਉਂ ਨਹੀਂ ਸਮਝਦਾ ਗੁਪਤੇ ਦੀਆਂ ਅੱਖਾਂ 'ਚ ਸਰੂਰ ਸੀ ਇਹ ਤਾਂ ਸਰ ਹੁਣ ਮੈਣੀ ਤੇ ਆ ਕਿਵੇਂ ਨਿਬੜੇ ਨਿਬੇੜਦਾ ਆਪਾਂ ਕੀ ਕਰ ਸਕਦੇ ਆ ਆਪਾਂ ਨੂੰ ਤਾਂ ਜੇ ਢੰਗ ਨਾਲ ਕੁੜੀ ਬਾਰੇ ਵੀ ਨਹੀਂ ਪਤਾ ਉਹਦੀ ਕੀ ਹਾਲਤ ਹੋ ਦੋ ਹੱਟੇ ਕੱਟੇ ਮੁਸਟੰਡੇ ਪੋਰਾ ਭਰ ਬੱਚੀ ਉਸ پڑੂਏ ਨੂੰ ਸਮਝਾਈ ਕੁੜੀ ਨੇ ਘਰੇ ਤਾਂ ਬੈਠੀ ਨਹੀਂ ਰਹਿਣਾ ਪੜਾਈ ਵੀ ਤਾਂ ਕਰਨੀ ਆ ਅੱਗੇ ਉਹਨੂੰ ਵਿਆਉਣਾ ਵੀ ਆ ਜੋਬ ਵੀ ਕਰਾਉਣੀ ਆ ਅਖਬਾਰਾਂ ਦੀਆਂ ਸੁਰਖੀਆਂ ਚ ਆ ਗਈ ਤਾਂ ਕਲਾਸ ਦੀ ਪਹਿਲੀ ਗੱਲ ਆ ਕੌਣ ਬੈਠਣ ਦਿਓ ਸਾਰੀ ਉਮਰ ਦਾ ਦਾਗ ਅਜੇ ਗੱਲ ਆਪਣੇ ਵਿੱਚ ਆ ਮੈਣੀ ਨੂੰ ਆਖ ਦੜ ਵੱਟ ਜਾਏ ਜੀਉ ਨੇ ਕੇਸ ਕਰ ਵੀ ਦਿੱਤਾ ਬਿੱਲੂ ਹੁਣਾਂ ਦੀ ਪਿੱਠ ਪਿੱਛੇ ਐਮਐਲਏ ਦਾ ਹੱਥ ਆ ਮੈਣੀ ਦਾ ਕੁਝ ਨਹੀਂ ਵਟਿਆ ਜਾਣਾ ਸਿਵਾਏ ਬਦਨਾਮੀ ਗੱਲ ਪੈਣ ਦੀ ਤੂੰ ਹਾ ਪੈਗ ਪੀ ਤੇ ਸਮਝਾ ਉਹਨਾਂ ਨੂੰ ਜਾ ਕੇ ਡਾਕਟਰ ਆਉਣ ਵਾਲੀ ਆ ਮੈਂ ਉਹਨੂੰ ਕੁਆਟਰ ਦੱਸ ਦਿੱਤਾ ਸੀ ਫੋਨ ਤੇ ਐਮਡੀ ਨੇ ਆਖਿਆ ਤਾਂ ਗੋਇਲ ਨੇ ਆਪਣਾ ਗਲਾਸ ਇੱਕੋ ਸਾ ਖਾਲੀ ਕੀਤਾ ਕੋਠੀ ਚੋਂ ਬਾਹਰ ਹੋ ਗਿਆ ਗੋਇਲ ਮੈਣੀ ਦੇ ਕੁਆਟਰ ਕੋਲ ਆਇਆ ਸੀ ਜਦੋਂ ਇੱਕ ਪ੍ਰਾਈਵੇਟ ਐਂਬੂਲੈਂਸ ਆ ਖੜੀ ਡਰਾਈਵਰ ਤਾਂ ਸਟੀਅਰਿੰਗ ਤੇ ਬੈਠਾ ਰਿਆ ਇੱਕ ਲੇਡੀ ਡਾਕਟਰ ਤੇ ਇੱਕ ਉਦਿਸ ਸਹਾਇਕ ਐਂਬੂਲੈਂਸ ਤੇ ਉਤਰ ਫਲੈਟ ਨੰਬਰ 1 ਸਿੱਧੀ ਮੈਣੀ ਦੇ ਜਾਵੜੀ ਗੋਇਲ ਵੀ ਨਾਲ ਰਲਦਾ ਆ ਕੇ ਆਉ ਜੀ ਮੈਂ ਕੋਲੀ ਸੀ ਜਦੋਂ ਗੁਪਤਾ ਸਾਹਿਬ ਨੇ ਫੋਨ ਕੀਤਾ ਸੀ ਡਾਕਟਰ ਨੇ ਜਾ ਕੇ ਮੋਨਾ ਦੀ ਹਾਲਤ ਵੇਖੀ ਤਾਂ ਮੋਨਾ ਦੀ ਹਾਲਤ ਬਹੁਤ ਖਰਾਬ ਸੀ ਇੱਕ ਤਾਂ ਮੂੰਹ ਤੇ ਦੰਦਾਂ ਦੇ ਜ਼ਖਮ ਇੱਕ ਸਰੀਰ ਦਾ ਵੀ ਬੁਰਾ ਹਾਲ ਸੀ ਖੂਨ ਵਗ ਜਾਣ ਨਾਲ ਚਿਹਰਾ ਪੀਲਾ ਫੂਕ ਹੋ ਗਿਆ ਸੀ ਉਹ ਪੂਰੇ ਸਦਮੇ 'ਚ ਸੀ ਕਿਵੇਂ ਹੋਇਆ ਇਹ ਡਾਕਟਰ ਨੇ ਪੁੱਛਿਆ ਸੀ ਤਾਂ ਮੋਨਾ ਤੋਂ ਕੁਝ ਨਹੀਂ ਦੱਸਿਆ ਗਿਆ ਉਹਦੀ ਮਾਂ ਨੇ ਹੀ ਦੱਸਿਆ ਮੈਨੂੰ ਗੁਪਤਾ ਸਾਹਿਬ ਨੇ ਫੋਨ ਕੀਤਾ ਸੀ ਮੁੱਢਲੀ ਸਹਾਇਤਾ ਦੇਣੀ ਮੇਰਾ ਫਰਜ਼ ਆ ਪੁਲਿਸ ਕੇਸ ਆ ਆਪਾਂ ਨੂੰ ਸਰਕਾਰੀ ਹਸਪਤਾਲ ਜਾਣਾ ਪਊ ਕੇਰਾ ਡਾਕਟਰ ਬੀਬੀ ਦਾ ਮੋਨਾ ਦਾ ਹਾਲ ਵੇਖ ਕਾਲਜਾ ਬਲੁੰਦ ਰਿਆ ਗਿਆ ਸੀ ਉਹ ਹੈਰਾਨ ਸੀ ਗੁਪਤੇ ਨੇ ਫੋਨ ਤੇ ਨਾਰਮਲ ਗੱਲ ਹੀ ਆ ਆਖਿਆ ਸੀ ਤੇ ਗੋਇਲ ਨੇ ਵੀ ਜੋ ਗੁਪਤੇ ਨੇ ਮਤਾਂ ਦਿੱਤੀਆਂ ਉਹਨਾਂ ਤੇ ਜ਼ਿਆਦਾ ਅਮਲ ਨਹੀਂ ਕੀਤਾ ਪਰ ਫਿਰ ਵੀ ਮੈਣੀ ਨੂੰ ਪੁੱਛ ਹੀ ਗਿਆ ਸੀ ਵੀ ਸਾਰੀ ਅਫਸਰ ਕਲੋਨੀ 'ਚ ਗੱਲ ਫੈਲ ਗਈ ਸੀ ਤੇ ਇਕੱਠ ਵੱਧ ਗਿਆ ਸੀ ਕਿਵੇਂ ਕਰਨੀਆਂ ਹੁਣ ਦੱਸ ਆਖਣ ਲੱਗਿਆ ਨੀਵੀਂ ਪਾ ਗਿਆ ਸੀ ਗੱਲ ਨੱਪਣ ਘੁੱਟਣ ਵਾਲੀ ਤਾਂ ਹੁਣ ਰਹੀ ਨਹੀਂ ਗਈ ਹੁਣ ਤਾਂ ਉਹਨਾਂ ਜ਼ਾਲਿਮਾਂ ਨੂੰ ਸਜ਼ਾ ਦਵਾ ਕੇ ਹੀ ਸਾਲੋਂ ਭਾਵੇਂ ਕੁਝ ਵੀ ਹੋ ਜਾਏ ਤੇ ਫਿਰ ਮੋਨਾ ਨੂੰ ਕੁਛੇ ਮਿੰਟਾਂ ਬਾਅਦ ਐਂਬੂਲੈਂਸ 'ਤੇ ਹਸਪਤਾਲ ਲਜਾਇਆ ਗਿਆ ਸੀ ਤੇ ਕਲੋਨੀਆਂ 'ਚ ਹੁੰਦੀ ਗੱਲ ਸਾਰੀ ਮਿਲ 'ਚ ਫੈਲਦੀਆਂ ਚਿਰ ਨਹੀਂ ਲੱਗਾ ਸੀ ਅੰਗ 14ਵਾਂ ਤੇਕ ਤੇ ਕੋਈ ਛੋਟਾ ਮੋਟਾ ਮੁਕਦਮਾ ਤਾਂ ਹੈ ਨਹੀਂ ਸੀ ਅੱਧਾ ਕਿਲੋ ਹੈਰੋਇਨ ਉਸਤੇ ਪਾਈ ਸੀ ਜਿਹਦੀ ਕੀਮਤ ਲੱਖਾਂ ਚ ਸੀ ਤੇ ਜਦ ਇਨਸਪੈਕਟਰ ਰਗਵੀਰ ਨੇ ਸਰਕਾਰੀ ਵਕੀਲ ਨੂੰ ਇਹ ਦੱਸਿਆ ਸੀ ਕਿ ਮੁਜਰਮ ਨੇ ਕੁਝ ਸਾਲ ਪਹਿਲਾਂ ਹੀ ਆਪਣੀ ਜ਼ਮੀਨ ਵੇਚ ਲੱਖਾਂ ਰੁਪਇਆ ਵਟਿਆ ਸੀ ਤਾਂ ਸਰਕਾਰੀ ਵਕੀਲ ਨੂੰ ਅਦਾਲਤ 'ਚ ਇਹ ਵਕਾਉਣਾ ਔਖਾ ਨਹੀਂ ਸੀ ਕਿ ਅੱਧਾ ਕਿਲੋ ਹੈਰੋਇਨ ਲੈਣ ਵਾਸਤੇ ਮੁਜਰਮ ਕੋਲ ਇੰਨਾ ਪੈਸਾ ਕਿੱਥੋਂ ਆਇਆ ਸੀ ਜ਼ਮੀਨ ਵੇਚੀ ਦੀ ਰਜਿਸਟਰੀ ਦੀਆਂ ਨਕਲਾਂ ਕਢਵਾ ਲਈਆਂ ਗਈਆਂ ਸਰਕਾਰੀ ਵਕੀਲ ਹੱਥੋਂ ਕਈ ਕੇਸ ਐ ਨਿਕਲ ਗਏ ਸੀ ਕਿ ਮੁਜਰਮ ਕੋਲ ਇੰਨਾ ਪੈਸਾ ਆਇਆ ਤਾਂ ਆਇਆ ਕਿੱਥੋਂ ਹਿਰੋਇਨ ਖਰੀਦਣੀ ਐ ਰੀ ਗੈਰੀ ਨੱਥੂ ਖੈਰੀ ਦੇ ਵਾਸਤੇ ਗੱਲ ਨਹੀਂ ਪੱਟੇ ਕ ਐਰਾ ਗੈਰਾ ਨੱਥੂ ਖੈਰਾ ਨਹੀਂ ਸੀ ਜ਼ਮੀਨ ਦੇ ਪੈਸੇ ਵਾਟ ਉਸ ਸਮਗਲਰੀ ਦਾ ਧੰਦਾ ਵਟ ਲਿਆ ਸੀ ਸਰਕਾਰੀ ਵਕੀਲ ਬਾਗੀਆਂ ਪਾਉਂਦਾ ਫਿਰਦਾ ਸੀ ਵੀ ਇਹ ਕੇਸ ਇੰਸਪੈਕਟਰ ਦੇ ਸਟਾਰ 'ਚ ਵੀ ਵਾਧਾ ਕਰ ਸਕਦਾ ਸੀ ਤੇ ਮੁਨੀਮ ਦੇ ਕਤਲ ਵਾਲਾ ਕੇਸ ਵੀ ਬੋਲ ਪਿਆ ਸੀ ਨਿੱਕੇ ਮੋਟੇ ਹੋਰ ਵੀ ਸਨ ਟੇਕ ਜ਼ਿਲ੍ਹੇ ਦੀ ਜੇਲ੍ਹ 'ਚ ਸੀ ਉਹ ਜੇਲ੍ਹ ਵਿੱਚ ਹੀ ਉਹਦੇ ਪਿੰਡ ਦਾ ਗੁਰਨੇਕ ਆਪਣੇ ਮੁੰਡੇ ਗੁਰੇ ਦੇ ਕਤਲ 'ਚ ਤਰੀਕਾ ਭੁਗਤ ਰਿਹਾ ਸੀ ਪਰ ਕੋਈ ਗਵਾਹ ਨਾ ਹੋਣ ਕਰਕੇ ਉਹਨੇ ਇੱਕ ਦੋ ਤਰੀਕਾਂ 'ਚ ਹੀ ਬਰੀ ਹੋ ਜਾਣਾ ਸੀ ਨੱਥਾ ਸਿੰਘ ਆਪਣੇ ਗੁਰਨੇਕ ਦੀ ਮੁਲਾਕਾਤ ਨੂੰ ਆਇਆ ਟੇਕ ਦੀ ਮੁਲਾਕਾਤ ਵੀ ਕਰ ਜਾਂਦਾ ਸੀ ਮੁਲਾਕਾਤ ਵੇਲੇ ਟੇਕ ਉਸ ਨਾਲ ਅੱਖ ਨਾ ਮਿਲਾਉਂਦਾ ਸੱਚੇ ਸੁੱਚੇ ਇਨਸਾਨ ਨਾਲ ਉਹਨੂੰ ਅੱਖ ਮਲਾਉਣੀ ਔਖੀ ਹੋ ਜਾਂਦੀ ਨੱਥਾ ਸਿੰਘ ਵੀ ਕੋਈ ਗੱਲ ਨਾ ਛੇੜਦਾ ਸਰਦਾ ਪੁੱਜਦਾ ਖਰਚਾ ਵੀ ਦੇ ਆਉਂਦਾ ਉਹ ਜਾਣਦਾ ਸੀ ਟੇਕ ਤਾਂ ਆਪਣੇ ਰਾਹ ਤੋਂ ਭਟਕਿਆ ਹੋਇਆ ਨੌਜਵਾਨ ਸੀ ਉਹਨੂੰ ਇਹ ਵੀ ਭੁੱਲ ਨਹੀਂ ਸੀ ਕਿ ਹੀਰੋਇਨ ਸੰਦੂਰਾ ਸਿੰਘ ਦੀ ਸੀ ਪਹਿਲੇ ਕੀਤੇ ਵਕੂਫੇ ਵੀ ਸ਼ਾਰਟਕਟ ਪੈਸੇ ਬਟੋਰਨ ਦੇ ਨਤੀਜਿਆਂ ਦਾ ਹੀ ਸਿੱਟਾ ਸਨ ਉਹ ਸੋਚਦਾ ਜੇ ਸਰਕਾਰ ਆਪਣੇ ਆ ਸਹੀ ਨੀਤੀਆਂ ਅਪਣਾਵੇ ਤਾਂ ਇਹੋ ਜੇ ਨੌਜਵਾਨਾਂ ਨੂੰ ਚੰਗੇ ਰਸਤੇ ਲਾਇਆ ਜਾ ਸਕਦਾ ਫਿਰ ਵੀ ਉਹ ਸੋਚਦਾ ਸੰਦੂਰਾ ਸਿੰਘ ਵਰਗ ਹੀ ਤਾਂ ਸਰਕਾਰ ਹਨ ਸਰਕਾਰਾਂ ਕਿਹੜਾ ਆਕਾਸ਼ ਤੋਂ ਉਤਰਦੀਆਂ ਕਿਤੇ ਨਾ ਕਿਤੇ ਹਰਜੀਤ ਵੀ ਮੁਲਾਕਾਤ ਨੂੰ ਆਉਂਦੀ ਰੋ ਤੋਂ ਮੁੜ ਜਾਂਦੀ ਟੇਕ ਦੇ ਬਰੀ ਹੋਣ ਦੇ ਤਾਂ ਕੋਈ ਅਸਰ ਹੀ ਨਹੀਂ ਸੀ ਕੋਈ ਤੂੰ ਲੀਡਰ ਨਾਲ ਯਾਰੀ ਪਾ ਕੇ ਸਮਝਿਆ ਹੋ ਬਹੁਤ ਵੱਡਾ ਕਿਲਾਸਰ ਕਰ ਲਿਆ ਪਤੰਦਰਾ ਇਹਨਾਂ ਲੋਕਾਂ ਦੀਆਂ ਚੱਟੀਆਂ ਤਾਂ ਕਿਕਰਾਂ ਨਹੀਂ ਹਰੀਆਂ ਹੋਈਆਂ ਤੂੰ ਘਰੇ ਖੇਤ ਦਾ ਗੋਂਗਲੂ ਸੀ ਅਕਸਰ ਇਹਨੂੰ ਕੋਈ ਨਾ ਕੋਈ ਕੈਦੀ ਆਖਦਾ ਤੇ ਗੁਰਨੇਕ ਤੇ ਉਹ ਇੱਕੋ ਪਿੰਡ ਦੇ ਕਰਕੇ ਨਾਲ-ਨਾਲ ਖੇਡਿਆ ਖੱਡਿਆਂ ਤੇ ਹੀ ਹੁੰਦੇ ਪਰ ਗੁਰਨੇਕ ਉਸ ਨਾਲ ਪਿੰਡ ਦਾ ਮਾਮਲਾ ਕਰਕੇ ਬੋਲਚਾਲ ਰੱਖਦਾ ਦਿਲੋਂ ਨਫ਼ਰਤ ਕਰਨ ਲੱਗ ਪਿਆ ਸੀ ਉਹਦਾ ਗੁਰਾ ਵੀ ਗਲਤ ਰਾਹ ਪੈ ਆਪਣੀ ਜਾਨ ਕੋ ਆ ਗਿਆ ਸੀ ਉਹ ਵੀ ਉਹਦੇ ਹੱਥੋਂ ਤੇ ਗੁਰਨੇਕ ਦੀ ਆਪਣੇ ਮੁੰਡੇ ਗੁਰੇ ਨੂੰ ਮਾਰਨ ਦੀ ਮਜਬੂਰੀ ਬਣ ਗਈ ਸੀ ਉਸ ਪ੍ਰਤੀ ਗੁੱਸਾ ਸਿਰ ਚੜ ਬੋਲਿਆ ਸੀ ਆਪਣੀਆਂ ਧੀਆਂ ਤੋਂ ਪਿਆਰੀ ਨੂੰਹ ਦੀ ਜਾਨ ਬਚਾਈ ਸੀ ਪੱਟੇ ਟੇਕਨੇ ਦਾ ਕੋਈ ਕੰਮ ਚੰਗਾ ਕੀਤਾ ਹੀ ਨਹੀਂ ਸੀ ਫੇਰ ਵੀ ਉਹ ਰੋਟੀ ਪਾਣੀ ਇੱਕੋ ਥਾਂ ਹੀ ਖਾਦੇ ਸੀ ਹੁਣ ਮੈਂ ਕਿਹੜਾ ਬਾਹਰ ਨਿਕਲ ਜਾਵਾਂ ਫੇਰ ਉਹ ਸਲੇ ਐਮਐਲਏ ਦਾ ਕਤਲ ਨਾ ਕਰਾਂ ਤਾਂ ਮੈਨੂੰ ਟੇਕ ਕੌਣ ਆਖੂ ਤੇ ਇੱਕ ਦੰਦਿਆਂ ਕਰੀਚ ਦਾ ਸਾਥੀ ਹਵਾਲਾ ਇਤਿਹਾਸ ਛੱਡ ਦੇ ਜਦ ਸਾਰੇ ਰਾਤ ਨੂੰ ਸੌਂ ਜਾਂਦੇ ਤੋਂ ਆਪਣੇ ਆਪ ਨਾਲ ਗੱਲਾਂ ਕਰਦਾ ਮੈਨੂੰ ਤਾਂ ਬਾਹਰ ਜਾਣ ਦੀ ਰੀਸ ਨੇ ਮਾਰਿਆ ਬਾਹਰ ਲਿਆਂਦੀਆਂ ਉੱਚੀਆਂ ਕੁੱਟੀਆਂ ਨੇ ਅੱਖਾਂ 'ਚ ਫੁੱਲੇ ਪਾਤੇ ਮੋٹے-ਮੋٹے ਕੜੇ ਛਾਪਾਂ ਗਲਾਂ ਦੀਆਂ ਸੰਗਲੀਆਂ ਤਾਂ ਮੈਨੂੰ ਦਿਸਦੀਆਂ ਸੀ ਪਰ ਉਹ ਲੋਕ ਨਹੀਂ ਦਿਸੇ ਜਿਨ੍ਹਾਂ ਨੇ ਲੱਖਾਂ ਰੁਪਈਆ ਨੂੰ ਥੁੱਕ ਵੀ ਲਵਾਇਆ ਤੇ ਮਾਲਟਾ ਕਾਂਡ ਵਰਗੇ ਹਾਦਸਿਆਂ ਦਾ ਸ਼ਿਕਾਰ ਵੀ ਹੋਏ ਖਬਰੇ ਕਿੰਨੇ ਘਰ ਬਰਬਾਦ ਹੋਏ ਜਿਦੇ ਕੋਈ ਅੰਕੜੇ ਨਹੀਂ ਇਕੱਠੇ ਕਰ ਸਕਿਆ ਉਨਾ ਵੱਲ ਤਾਂ ਮੈਂ ਝਾਕਿਆ ਵੀ ਨਹੀਂ ਫੇਲ ਹੋਇਆ ਵੱਲ ਕੌਣ ਝਾਕਦਾ ਹੈ ਉਹ ਤਾਂ ਨਜ਼ਰ ਹੀ ਨਹੀਂ ਆਉਂਦੀ ਆਪਣੇ ਵਿੱਤ ਤੋਂ ਬਾਹਰਲੇ ਸੁਪਨੇ ਤੇ ਬਗੈਰ ਮਿਹਨਤ ਕੀਤੇ ਅਮੀਰ ਹੋਣ ਦੀ ਲਾਲਸਾ ਵੀ ਇਨਸਾਨ ਨੂੰ ਬਰਬਾਦੀ ਵੱਲ ਧਕੇਲ ਦਿੰਦੀ ਹੈ ਮੇਰੇ ਨਾਲ ਵੀ ਇਉਂ ਹੀ ਹੋਇਆ ਪਰ ਮਾਮੇ ਦੇ ਪੁੱਤ ਨੇ ਵੀ ਕੀ ਕੀਤੀ ਬੰਦਾ ਰਿਸ਼ਤੇਦਾਰੀ 'ਚ ਤਿਜਾਰਾ ਨਾ ਕਰੂ ਤਾਂ ਕਰੂ ਕਿਸ ਤੇ ਕਿਹੜੀਆਂ ਰਿਸ਼ਤੇਦਾਰੀਆਂ ਟੇਕ ਸਿਆਂ ਦੁਨੀਆ ਤਾਂ ਹੱਥਲੀ ਹੋਈ ਫਿਰਦੀ ਹੈ ਜਿਵੇਂ ਕਿਸੇ ਦਾ ਦਾ ਲੱਗਦਾ ਲਾਈ ਜਾਂਦਾ ਉਹਨੇ ਮੈਨੂੰ ਲੁੱਟਣ ਲਈ ਹੋਰ ਢੰਗ ਵਰਤਿਆ ਮੈਂ ਹੋਰ ਵਰਤਦਾਰਿਆ ਮੈਂ ਤਾਂ ਉਹ ਤੋਂ ਵੀ ਕਮੀਨਾ ਟੇਕ ਆਪਣੀਆਂ ਕੀਤੀਆਂ ਤੇ ਝੂੜਦਾ ਵੀ ਫਿਰ ਇੱਕ ਦਿਨ ਗੁਰਨੇਕ ਤਾਂ ਬਰੀ ਹੋ ਤੁਰ ਗਿਆ ਉਹਦੇ ਖੱਡੇ ਤੇ ਕੋਈ ਹੋਰ ਆ ਗਿਆ ਟੇਕ ਦੀਆਂ ਤਰੀਕਾਂ ਪੈ ਰੀਆਂ ਸੀ ਤੇ ਬਰੀ ਹੋਣ ਦੇ ਕੋਈ ਅਸਾਰ ਨਹੀਂ ਸੀ ਲੂਕੇ ਨੂੰ ਤਾਂ ਕੋਈ ਸੁਰਤ ਸੰਭਾਲ ਹੁੰਦੀ ਹੋਈ ਨਹੀਂ ਸੀ ਮਹੀਸ਼ੀ ਦਾ ਵੀ ਇਹੋ ਹਾਲ ਸੀ ਬਖਤੌਰੇ ਨੂੰ ਤਾਂ ਜਿਵੇਂ ਵਿਸ਼ੇ ਵਿਕਾਰਾਂ ਬਿਨਾਂ ਕੁਝ ਦੇਸੀ ਨਹੀਂ ਸੀ ਰਿਆ ਅਤੇ ਕੈਲੋ ਉਹਨਾਂ ਤੋਂ ਵੀ ਚੰਦ ਸੀ ਤੀਰਥੋਂ ਨੂੰ ਸਮਝ ਨਹੀਂ ਆਉਂਦੀ ਸੀ ਵੀ ਇਸ ਨਰਕ ਚੋਂ ਦੀ ਜ਼ਿੰਦਗੀ ਕਿਵੇਂ ਨਿਕਲੋ ਮਾਪੀ ਜਾਣ ਬਾਰੇ ਸੋਚਦੀ ਤਾਂ ਆਪਣੀ ਮਾਂ ਨੂੰ ਹੋਰ ਦੁੱਖ ਚ ਪਾਉਣਾ ਸੀ ਉਹ ਕਿਹੜਾ ਸੌਖੀ ਸੀ ਤੇ ਮਾਪੀ ਬੈਠਾ ਵੀ ਕਿੰਨਾ ਕਚਰ ਜਾ ਸਕਦਾ ਸੀ ਲੋਕਾਂ ਵੀ ਭਾਂਤ ਭਾਂਦੀਆਂ ਗੱਲਾਂ ਕਰਨੀਆਂ ਸਨ ਜਿਵੇਂ ਹੁਣ ਉਹ ਕੱਟ ਰਹੀ ਸੀ ਉਹੀ ਜਾਣਦੀ ਸੀ ਜਾਂ ਉਹਦਾ ਰੱਬ ਤੇ ਜਿਹੜੀ ਹੁਣ ਤੱਕ ਇੱਜ਼ਤ ਬਚੀ ਆਈ ਸੀ ਹੁਣ ਉਹਦੀਆਂ ਵੀ ੱਟੀਆਂ ਉੱਡ ਗਈਆਂ ਸੀ ਉਬਕਟਾਰੇ ਤੇ ਮਹੀਸ਼ੀ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕੀ ਸੀ ਹੁਣ ਤਾਂ ਜਿਵੇਂ ਉਹ ਮੋਮ ਦੀ ਗੁੱਡੀਆ ਸੀ ਜਿਸ ਬੰਨੇ ਜੋ ਚਾਹੁੰਦਾ ਮਰੋੜ ਤੋ ਰੋੜ ਦਿੰਦਾ ਹੁਣ ਤਾਂ ਜਿਵੇਂ ਸਭ ਕੁਝ ਸਹਿਣ ਦੀ ਆਦਤ ਹੀ ਹੋ ਗਈ ਸੀ ਜਦੋਂ ਦੀ ਸੱਸ ਕੈਲੋਇਡੈਨ ਰੂਪ ਧਾਰ ਉਹਦੀ ਇੱਜ਼ਤ ਨਾਲ ਖੇਲਵਾੜ ਕਰਵਾ ਚੁੱਕੀ ਸੀ ਬਚਨ ਨੂੰ ਥਾਂ ਕਿੱਥੇ ਸੀ ਦਿਵਾਲੀ ਦਾ ਦਿਨ ਸੀ ਲੁਕੇ ਦੇ ਪੈਰ ਨਹੀਂ ਖੜਦੇ ਸੀ ਉਹ ਡਿੱਕ ਡੋਲੇ ਖਾਂਦਾ ਫਿਰਦਾ ਸੀ ਖਾਦੀਆਂ ਗੋਲੀਆਂ ਤੇ ਪੀਤੀ ਸ਼ਰਾਬ ਗੇੜੇ ਪਾਈ ਫਿਰਦੀ ਸੀ ਤੇ ਅੱਜ ਸਵੇਰੇ ਉਹਨਾਂ ਕੋਲ ਦਵਾਨੀ ਨਹੀਂ ਸੀ ਜਿਹੜੀ ਘਰੇ ਬੋਰੀ ਕਣਕ ਦੀ ਪਈ ਸੀ ਉਹ ਵੇਚ ਬੁੱਤਾ ਸਾਰਿਆ ਸੀ ਦੀਵਾਲੀ ਬਣਾਈ ਸੀ ਲੋਕ ਉਹਨਾਂ ਦੇ ਬਾਰਮੂਰ ਦੀ ਦੀਵੇ ਲੈ ਕੇ ਲੰਘ ਰਹੇ ਸੀ ਕੋਈ ਗੁਰਦੁਆਰੇ ਵੱਲ ਜਾ ਰਿਹਾ ਸੀ ਕੋਈ ਧਰਮਸ਼ਾਲਾ ਵੱਲ ਕੋਈ ਵਾਟਰ ਵਰਕਸ ਵੱਲ ਕੋਈ ਆਪਣੇ ਖੇਤਾਂ ਵੱਲ ਲੋਕਾਂ ਤਾਂ ਅੱਜ ਸਿਵਿਆਂ ਚ ਜੰਗਲ ਚ ਮੰਗਲ ਬਣਾਤਾ ਸੀ ਜਦ ਲੋਕ ਪਾਥੀਆਂ ਤੇ ਦੀਵੇ ਧਰ ਕੇ ਪਾਣੀ ਵਾਲੇ ਡਿੱਗ ਚ ਤਰ ਤਾਰਦੇ ਸਨ ਤਾਂ ਸਿਆਣੇ ਬੰਦੇ ਚੀਕਦੇ ਸਨ ਕਿਉਂ ਮੁਲਖਾਂ ਪਾਣੀ ਚ ਗੰਦ ਪਾਉਣੇ ਆ ਇਹੋ ਪਾਣੀ ਆਪਾਂ ਪੀਣਾ ਉਸ ਦੀ ਪਾਥੀਆਂ ਨਾ ਬਈ ਨਾ ਪਰ ਕਿਸੇ ਦੀ ਕੋਣ ਸੁਣਦਾ ਸੀ ਵੇਖੋ ਵੇਖੀ ਲੋਕ ਭੇਡ ਚਾਲ ਤੁਰ ਰਹੇ ਸਨ ਤੇ ਆਪਣਾ ਰਾਂਝਾ ਰਾਜੀ ਕਰਨ ਆਇਆ ਇਹ ਲੋਕਾ ਡਿੱਗ ਚ ਜਾ ਪਿਆ ਸੀ ਬੰਨੀ ਤੋਂ ਪੈਰ ਤਿਲਕ ਗਿਆ ਪਾਣੀ ਡੂੰਗਾ ਸੀ ਉਹ ਤੋਂ ਨਸ਼ੇ ਚ ਸੰਭਲਿਆ ਨਾ ਗਿਆ ਤੇ ਡੁੱਬ ਗਿਆ ਜਦ ਨੂੰ ਲੋਕਾਂ ਨੇ ਬਾਹਰ ਕੱਢਿਆ ਤੇ ਉਹਦੀ ਰਾਮਨਾਮ ਸੱਤ ਬੋਲ ਚੁੱਕੀ ਸੀ ਜਦ ਘਰੇ ਉਹਦੇ ਮਰੇ ਦੀ ਖਬਰ ਆਈ ਸੀ ਤਾਂ ਕੈਲੋ ਦੁਹੱਥੜੀ ਪਿੱਟੀ ਸੀ ਤੀਰਥੋ ਦੀਆਂ ਅੱਖਾਂ ਚੋਂ ਹਿੰਜ ਤੱਕ ਨਹੀਂ ਡਿੱਗੀ ਸੀ ਬਖਤੌਰੇ ਤੇ ਮਹੀਸ਼ੀ ਦਾ ਪਤਾ ਨਹੀਂ ਕਿੱਥੇ ਸੀ ਭਾਵੇਂ ਉਹਨਾਂ ਦੇ ਘਰ ਕਿਸੇ ਆਂਡ ਗੁਆਂਡ ਦੀ ਆਵਾਜ਼ ਆਈ ਨਹੀਂ ਸੀ ਪਰ ਇਹੋ ਜੇ ਮੌਕੇ ਲੋਕਾਂ ਆਈ ਜਾਣਾ ਸੀ ਤੇ ਆ ਗਏ ਲੋਕ ਲੱਜ ਤਾਂ ਰੱਖਣੀ ਪੈਣੀ ਸੀ ਫੇਰ ਵੀ ਪਿੰਡ ਵਸਤੇ ਦਾ ਆਵਾਜ਼ ਸੀ ਆ ਚੰਗਾ ਹੋ ਗਿਆ ਤੀਰਥਕੁਰ ਲਈ ਮਾਈ ਨਹੀਂ ਮੇਰਾ ਚਰਖਾ ਟੁੱਟਾ ਮੇਰੀ ਜਿੰਦ ਜੰਜਾਲੋਂ ਛੁੱਟੀ ਖੋਣੀ ਹੈ ਕਹਿੰਦੇ ਹੁੰਦੇ ਆ ਖੋਰੇ ਕੀ ਇੱਕ ਬੀਬੀ ਤਾਂ ਅੱਖੋਂ ਵੀ ਨਹੀਂ ਟਲੀ ਸੀ ਸਾਰੇ ਪਿੰਡ ਤੀਰਥੋ ਦੇ ਜੇਰੇ ਤੇ ਹਰਾਮ ਸੀ ਉਹ ਪਤਾ ਨਹੀਂ ਕਿਸ ਇਸ ਘਰੇ ਕਿਵੇਂ ਘਟ ਰਹੀ ਸੀ ਇਸ ਘਰੇ ਆਇਆ ਤਾਂ ਪਸ਼ੂ ਤੰਬੜ ਬਣ ਜਾਂਦਾ ਸੀ ਲੱਗਿਆ ਦਰਖਤ ਹਰਾਨੀ ਹੁੰਦਾ ਸੀ ਧਨ ਤੀਰਥੋ ਸੀ ਜਿਸ ਦਿਨ ਦੀ ਵਿਆਹੀ ਆਈ ਸੀ ਇੱਕ ਦਿਨ ਵੀ ਚੰਗਾ ਨਹੀਂ ਨਿਕਲਿਆ ਸੀ ਹੁਣ ਤਾਂ ਬਖਤੌਰੇ ਤੇ ਮਹੀਸ਼ੀ ਦੀਆਂ ਕਰਤੂਤਾਂ ਵੀ ਜੱਗ ਜਾਰ ਸੀ ਲੋਕ ਤਾਂ ਇਹ ਗੱਲਾਂ ਵੀ ਕਰਿਆ ਕਰਦੇ ਸੀ ਵੀ ਇਸ ਕੁੜੀ ਦਾ ਇਹਨਾਂ ਕੰਜਰਾਂ ਨੂੰ ਤਾਂ ਕੀ ਪਿੰਡ ਨੂੰ ਵੀ ਸਰਾਪ ਮਾਰੋ ਕਿਹੋ ਜੇ ਮਾਪੇ ਹੋਏ ਜਿਨ੍ਹਾਂ ਹੱਥੀ ਡੋਬਦੀ ਇਹ ਸਾਗ ਤਾਂ ਕਿਸੇ ਸਕੀਰੀ ਵਾਲੇ ਨੇ ਕਰਾਇਆ ਸੀ ਕੁੜੀ ਦੀ ਮਾਂ ਦੇ ਵਾਸਤਾ ਕੁਝ ਰਿਆ ਹੀ ਨਹੀਂ ਸੀ ਕਿਹੜਾ ਪਿਓ ਸੀ ਕੁੜੀ ਦੇ ਸਿਰ ਤੇ ਜਿਹੜਾ ਤੁਰ ਫਿਰ ਕੇ ਰਿਸ਼ਤਾ ਭਾਲਦਾ ਭਰਾ ਵੀ ਸੋਹਰਾ ਨਕਮਾਈ ਸੀ ਹੁਣ ਜੇਲ੍ਹ ਦੀ ਹਵਾ ਪੱਕੀ ਜਾਂਦਾ ਮਾੜੇ ਕਰਮ ਵਿਚਾਰੀ ਦੇ ਮੱਥੇ ਦੀ ਲਿਖ ਲਿਖੀਆਂ ਕੌਣ ਮੇਟਦਾ ਕੈਲੂ ਤਾਂ ਉਹੋ ਜਿਹੀ ਸੀ ਪਹਿਲਾਂ ਤੋਂ ਸੀ ਸਾਰੇ ਮੁੰਡੇ ਵੀ ਉਹੋ ਜੇ ਨਿਕਲੇ ਦੁੱਧ ਤਾਂ ਹੀ ਜਾਣਾ ਸੀ ਕਮਲਿਓ ਜਹੀ ਕੋਕੋ ਉਹੋ ਜੇ ਬੱਚੇ ਮੁੰਡਿਆਂ ਨਾਲੋਂ ਕੈਲੋ ਵੱਧ ਕਸੂਰਵਾਰ ਆ ਲੋਕ ਭਾਂਤ ਭਾਂਦੀਆਂ ਗੱਲਾਂ ਕਰਿਆ ਕਰਦੇ ਸਨ ਤੇ ਅੱਜ ਵੀ ਇਹੋ ਗੱਲਾਂ ਚੱਲ ਰਹੀਆਂ ਸਨ ਲੂਕੇ ਦਾ ਕਿਸੇ ਨੂੰ ਕੁੱਤੇ ਮਰੇ ਜਿੰਨਾ ਅਫਸੋਸ ਨਹੀਂ ਸੀ ਜੇ ਹੁੰਦਾ ਤਾਂ ਜ਼ਰੂਰ ਆ ਕੇ ਦੇ ਮਾੜਾ ਹੋਇਆ ਵੀ ਪਰ ਇਹ ਗੱਲ ਤਾਂ ਕਿਸੇ ਅੱਖੀਓ ਹੀ ਨਹੀਂ ਸੀ ਸੰਸਕਾਰ ਦੂਜੇ ਦਿਨ ਹੋਣਾ ਸੀ ਅੱਜ ਤਾਂ ਹਨੇਰਾ ਹੋ ਗਿਆ ਸੀ ਆਨਗਵਾਂਡ ਕੋ ਸਰਮਸਰੋ ਜੀ ਹੋਣ ਲੱਗ ਪਈ ਸੀ ਬਨੇਰਿਆਂ ਤੇ ਧਰਨ ਲਈ ਪਾਇਆ ਦੀਵਿਆਂ ਚ ਤੇਲ ਅਜਾਈ ਜਾਂਦਾ ਦਿਸ ਰਿਹਾ ਸੀ ਹਰਜੀਤ ਕੋਲੋਂ ਹੁਣੇ ਬੈਠੇ ਬੈਠੇ ਧੰਨੋ ਤੇ ਗੁਰਪੰਤ ਉੱਠ ਕੇ ਗਏ ਸੀ ਜਿਸ ਦਿਨ ਦਾ ਟੇਕ ਜੇਲ੍ਹ ਚ ਸੀ ਧੰਨੋ ਢੇੜਾ ਕੱਢ ਜਾਂਦੀ ਸੀ ਗੁਰਬੰਤ ਵੀ ਆ ਜਾਂਦਾ ਸੀ ਗੁਰਬੰਤ ਹਰਜੀਤ ਨਾਲ ਅੱਜ ਕਿੰਨੀ ਗੱਲਾਂ ਕਰਦਾ ਰਿਹਾ ਦਿਵਾਲੀ ਵਾਲਾ ਦਿਨ ਕਰਕੇ ਹਰਜੀਤ ਦਾ ਦਿਲ ਤਰੋਣਾ ਧੰਨੋ ਤੇ ਉਹਨੇ ਆਪਣਾ ਫਰਜ਼ ਸਮਝਿਆ ਸੀ ਸਾਰਾ ਆਨਗਵਾਂਡ ਯਾਨੀ ਬਹਾਨੇ ਅੱਜ ਤੰਨੂ ਕੋਲ ਢੇੜਾ ਮਾਰ ਗਿਆ ਸੀ ਪਰ ਨਹੀਂ ਆਏ ਸਨ ਤਾਂ ਟੇਕ ਦਾ ਤਾਇਆ ਤੇ ਤਾਈ ਨਹੀਂ ਆਏ ਸੀ ਉਹਨਾਂ ਦਾ ਕਦੀ ਪਹਿਲਾਂ ਵੀ ਬੱਤੀ ਨਹੀਂ ਵਾਈ ਸੀ ਜਿਵੇਂ ਮਿਲਵਰਤਨ ਠੱਪ ਸੀ ਮਾਂ ਜੀ ਮੈਂ ਤਾਂ ਤੁਸਾਂ ਨੂੰ ਇਹ ਕਹਾਣੀ ਵਾਪਰਨ ਤੋਂ ਪਹਿਲਾਂ ਹੀ ਦੱਸਤਾ ਸੀ ਵੀ ਟੇਕ ਗਲਤ ਰਾਏ ਪੈ ਚੁੱਕਿਆ ਹਾਂ ਡੱਡੀਏ ਮੇਰੇ ਕਹਿਣ ਤੇ ਹੀ ਅਲਮਾਰੀ ਵੇਖੀ ਸੀ ਬਥੇਰਾ ਆਖਿਆ ਪਰ ਡੁੱਬੜਾ ਆਖੇ ਕਿਹੜਾ ਲੱਗਿਆ ਬਥੇਰਾ ਪਿੱਟ ਰਹੀ ਸੀ ਮੈਂ ਤਾਂ ਮਾਂ ਜੀ ਉਹਦੀ ਬਾਹਰ ਜਾਣ ਦੀ ਜ਼ਿੱਦ 'ਚ ਜ਼ਿਆਦਾ ਕਹਾਣੀ ਵਿਗੜੀ ਤੇ ਬਾਅਦ 'ਚ ਮਾੜੀ ਸੰਗਤ ਲੈ ਡੁੱਬੀ ਧੱਗੀ ਤਾਂ ਵੱਜਣ ਵਾਲੀ ਵਜ ਗਈ ਸੀ ਫਿਰ ਗਲਤ ਹੱਥਾਂ 'ਚ ਆ ਗਿਆ ਉਹ ਹੁਣ ਤਾਂ ਡੱਡੀ ਕੁਛ ਹੀ ਆਖ ਲਈਏ ਕੁਛ ਹੀ ਗੱਲ ਸੁਣ ਭਾਈ ਹਰਜੀਤ ਕੁਰੇ ਹੈ ਭਾਈ ਹੁਣ ਢੇਰੀ ਢਾਇਾਂ ਕੀ ਬਣਦਾ ਤੂੰ ਉੱਠ ਕੇ ਕੋਈ ਚਾਰ ਦੀਵੇ ਧਰ ਆਖਰ ਹਵੀਆਂ ਨਵੀਆਂ ਬੰਦਿਆਂ ਤੇ ਹੀ ਪੈਂਦੀਆਂ ਫਿਰ ਚੱਲਣੀਆਂ ਵੀ ਹੋਈਆਂ ਉਧਰ ਗੋਭੀ ਬਣਾਈ ਆ ਮੈਂ ਕੱਲ ਦਿਉ ਪਰ ਬਰੇ ਦਿਨਾਂ ਦਾ ਦਿਨ ਆ ਤੂੰ ਉੱਠ ਕੇ ਚੁੱਲ੍ਹੇ ਅੱਗ ਪਾ ਮੇਰੀ ਬੀਬੀ ਭੈਣੇ ਧੰਨੋ ਨੇ ਆਖਿਆ ਅੱਜ ਦੀਵਾਲੀ ਦਾ ਦਿਨ ਕਰਕੇ ਹਰਜੀਤ ਬਾਲੀ ਉਧਰ ਹੀ ਪਈ ਸੀ ਅਜੇ ਧੰਨੋ ਤੇ ਗੁਰਬੰਤੋ ਦੇ ਕੋਲੋਂ ਉੱਠ ਕੇ ਆਪਣੇ ਘਰੇ ਆਈ ਸੀ ਜਦ ਹਰਜੀਤ ਦੀ ਚੀਖ ਸੁਣੀ ਜੋ ਵੈਣ ਚ ਬਦਲਦੀ ਗਈ ਧੰਨੋ ਤੇ ਗੁਰਬੰਤੋ ਨਹੀਂ ਪੈਰੀ ਮੁੜ ਗਏ ਵੱਡੇ ਘਰ ਵਾਲਿਆਂ ਦਾ ਮੁੰਡਾ ਹਰਜੀਤ ਕੇ ਘਰੋਂ ਨਿਕਲਿਆ ਕੀ ਹੋ ਗਿਆ ਪੁੱਤ ਧੰਨੋ ਨੇ ਪੁੱਛਿਆ ਤਾਂ ਤੀਰਥੋ ਦੇ ਘਰ ਵਾਲਾ ਮਰ ਗਿਆ ਸਾਡੇ ਘਰੇ ਫੋਨ ਆਇਆ ਸੀ ਆਖ ਮੁੰਡਾ ਅੱਗੇ ਨਿਕਲ ਗਿਆ ਤੀਰਥੋ ਨੂੰ ਵੱਡੇ ਘਰ ਵਾਲਿਆਂ ਦਾ ਫੋਨ ਨੰਬਰ ਯਾਦ ਸੀ ਤਾਂ ਹੀ ਉਹਨਾਂ ਦੇ ਫੋਨ ਤੇ ਸੁਨੇਹਾ ਆਇਆ ਸੀ ਪੰਤ ਦੇ ਨੰਬਰ ਦਾ ਪਤਾ ਹੀ ਨਹੀਂ ਸੀ ਨਾ ਕਦੀ ਲੋੜੀ ਪਈ ਸੀ ਦੁਖ ਬੜੀਏ ਖਬਰੇ ਕੀ ਕੀ ਦੁੱਖ ਲਖਾ ਕੇ ਲਿਆਈ ਸੀ ਤੂੰ ਧੰਨੋ ਜਾਂਦੀ ਬੋਲੀ ਤੇ ਹਰਜੀਤ ਨੂੰ ਸੰਭਾਲਣ ਲੱਗ ਪਈ ਆਸੇ ਪਾਸੇ ਦੇ ਘਰਾਂ ਚੋਂ ਵੀ ਬੰਦੇ ਬੁੜੀਆਂ ਆਉਣੇ ਸ਼ੁਰੂ ਹੋ ਗਏ ਹਰਜੀਤ ਦੀ ਜਠਾਣੀ ਆਪਣੀ ਛੱਤ ਤੇ ਬਨੇਰਿਆਂ ਤੇ ਦੀਵੇ ਰੱਖਣ ਆਈ ਛਾਤੀ ਮਾਰ ਗਈ ਸੀ ਪਰ ਆਈ ਨਾ ਹੁਣ ਭਗਤੇ ਸਵੇਰੇ ਜਾਇਆ ਜਾਣਾ ਸੀ ਉਹ ਸਾਰੀ ਰਾਤ ਧੰਨੋ ਹਰਜੀਤ ਦੇ ਕੋਲ ਹੀ ਰਹੀ ਸੀ ਦੋਹਾਂ ਨੇ ਦੁੱਖ ਸੁੱਖ ਕਰਦਿਆਂ ਰਾਤ ਲੰਘਾਈ ਦੂਜੇ ਦਿਨ ਆਪਣਾ ਸ਼ਰੀਕਾ ਕਬੀਲਾ ਲੈ ਧੰਨੋ ਸੰਸਕਾਰ ਕਰਾਈ ਉਹਨੂੰ ਪਤਾ ਤਾਂ ਭਾਵੇਂ ਅੱਗੇ ਹੀ ਸੀ ਪਰ ਜਿਹੜੀਆਂ ਗੱਲਾਂ ਸਸਕਾਰ ਤੇ ਸੁਣੀਆਂ ਸੀ ਉਹ ਸੁਣੇ ਪਤਾ ਲੱਗਾ ਵੀ ਤੀਰਥੋ ਤਾਂ ਆਪਣੇ ਨਾਲ ਹੁੰਦੀਆਂ ਅੱਧ ਵੀ ਨਹੀਂ ਦੱਸ ਰਹੀ ਸੀ ਉਹ ਤਾਂ ਨਰਕ ਨਾਲੋਂ ਵੱਧ ਭੋਗ ਰਹੀ ਸੀ ਪਿੰਡ ਦੀਆਂ ਧੀਵੀਆਂ ਸਿੱਧੀਆਂ ਹੀ ਹਰਜੀਤ ਨੂੰ ਆਖਰੀਆਂ ਸੀ ਨਾ ਤੁਸੀਂ ਇੱਥੇ ਬਿਆਨ ਨਾਲੋਂ ਤਾਂ ਕਿਤੇ ਖੂ ਟੋਬੇ ਛੁੱਡ ਦਿੰਦੇ ਹੱਥੀ ਗਲ ਘੁੱਟ ਦਿੰਦੇ ਪਰ ਇਹੋ ਜੇ ਘਰ ਖੁਣੋਂ ਕੀ ਗੱਡਾ ਖੜਾ ਸੀ ਤੀਵੀ ਤੋ ਤਾਂ ਇੱਕ ਨਸ਼ੇੜੀ ਆਦਮੀ ਨਹੀਂ ਸੰਭਾਲਿਆ ਜਾਂਦਾ ਇਸ ਗਰੀਬਣੀ ਦੇ ਤਾਂ ਹੁਣ ਤਿੰਨ ਖਸਮ ਬਣੇ ਪਏ ਸੀ ਚਲੋ ਅਜੇ ਵੀ ਰੱਬ ਬੌੜ ਪਿਆ ਅੱਗੇ ਵੀ ਤੋਰੋਂਗੇ ਤਾਂ ਇਹਨਾਂ ਤੋਂ ਮਾੜਾ ਕਰ ਨਹੀਂ ਥਿਆਉਂਦਾ ਇਹਨਾਂ ਨਾਲੋਂ ਚੰਗਾ ਹੀ ਥਿਆਉ ਲੋਕਾਂ ਦੀਆਂ ਸੁਣ ਸੁਣ ਹਰਜੀਤ ਸੁਣਨ ਹੋ ਰਹੀ ਸੀ ਨਾਲ ਆਈਆਂ ਬੁੜੀਆਂ ਇੱਕ ਦੂਜੀ ਦੇ ਮੂੰਹ ਹਲ ਵੇਖ ਰਹੀਆਂ ਸੀ ਹਰਜੀਤ ਤੋਂ ਆਪਣੇ ਸ਼ਰੀਕੇ ਵਾਲੀਆਂ ਕੋਲ ਸਿਰ ਨਹੀਂ ਚੱਕਿਆ ਜਾਂਦਾ ਸੀ ਤਾਂ ਹੀ ਭੋਗ ਵਾਲੇ ਦੇ ਨੂੰ ਕੱਲੀ ਧੰਨੋਂ ਨੂੰ ਨਾਲ ਲੈ ਕੇ ਆ ਗਈ ਸੀ ਗੁਰਬੰਦ ਨੇ ਜ਼ਰੂਰ ਆਖਿਆ ਸੀ ਮੈਂ ਵੀ ਚਲੂ ਨਾਲ ਮਾਂ ਜੀ ਨਹੀਂ ਡੱਡਿਏ ਬਸ ਤੂੰ ਰਹਿਣ ਦੇ ਅਸੀਂ ਦੋਵੇਂ ਜਾਵਾਂਗੇ ਆ ਤੇ ਉਹ ਤੇ ਧੰਨੋ ਆਈਆਂ ਸੀ ਤੇ ਭੋਗ ਤੋਂ ਬਾਅਦ ਜਦ ਗ੍ਰੰਥੀ ਸਿੰਘ ਦੇਗ ਵਰ ਤਾ ਹਟਿਆ ਸੀ ਤਾਂ ਕਿਸੇ ਆਪਣੇ ਆਪ ਨੂੰ ਪੰਚਾਇਤੀ ਸਮਝ ਤੇ ਬਖਤੌਰੇ ਦੀ ਆਖੀ ਤੇ ਫੁੱਲ ਚੜਾਉਂਦਿਆਂ ਗੱਲ ਚਲਾਈ ਸੀ ਮਹੀਸ਼ੀ ਦੇ ਪੱਗ ਬਣਾ ਦਿਓ ਕਰੋ ਗੱਲ ਕੁੜੀ ਦੀ ਮਾਂ ਨਾਲ ਕਿਉਂ ਭਾਈ ਕਹਿ ਲੋ ਆਖਣ ਵਾਲਿਆਂ ਨੇ ਆਖਿਆ ਸੀ ਕੈਲੂ ਵੀ ਜਾਣਦੀ ਸੀ ਮਹੀਸ਼ੀ ਨੂੰ ਮੂੰ ਤਾਂ ਕੋਈ ਜੁੜਨੀ ਨਹੀਂ ਸੀ ਉਹ ਤਾਂ ਪਹਿਲਾਂ ਹੀ ਤਿਆਰ ਸੀ ਮਹੀਸ਼ੀ ਤੇ ਬਖਤੌਰੇ ਨਾਲ ਗੁਰਮਤਾ ਹੋ ਹੀ ਚੁੱਕਿਆ ਸੀ ਆਹੋ ਆਹੋ ਘਰ ਦੀ ਇੱਜ਼ਤ ਕਰੇ ਰਹਿ ਜੂ ਬਖਤੌਰੇ ਦੀ ਆਖਣ ਵਾਲੇ ਦੀ ਅੱਖੀ ਤੇ ਠੱਪਾ ਲਾ ਦਿੱਤਾ ਲੋਕ ਇੱਕ ਦੂਜੇ ਦੇ ਮੂੰਹ ਹਲ ਝਾਕ ਕੇ ਸੀ ਤੀਵੀਆਂ ਕੁਸਰਮਸਰ ਕੀਤੀ ਤੀਰਥੋਖੂ ਚੋਂ ਨਿਕਲ ਖਾਤੇ ਚ ਡਿਗਦੀ ਦਿਸ ਰਹੀ ਸੀ ਕੁੜੀ ਤੋਂ ਪੁੱਛੋ ਭਾਈ ਨਾਲੇ ਕੁੜੀ ਦੀ ਮਾਂ ਤੋਂ ਆਪਾਂ ਕੀ ਕਹਿ ਸਕਦੇ ਆ ਕੋਈ ਬੀਬੀ ਦਾੜੀ ਵਾਲਾ ਬੋਲਿਆ ਸੀ ਤੁਸੀਂ ਆਪਣੀ ਮਗਜਾਲੀ ਮਾਰਨ ਲੱਗ ਪਏ ਕੁੜੀ ਵਿਚਾਰੀ ਨੇ ਕੀ ਆਖਣਾ ਕੈਲੋ ਬੋਲ ਪਈ ਸੀ ਹੋ ਓਏ ਨੇੜੇ ਆਪਦੀ ਸੱਸ ਦੇ ਬਨਾਈਏ ਪੱਗ ਬਖਤੌਰਾ ਪੱਗ ਚੱਕ ਲਿਆ ਸੀ ਉਹ ਆਪਣਾ ਸਿਰ ਆਪ ਹੀ ਗੁੰਦੜ ਨੂੰ ਤਿਆਰ ਹੋਏ ਫਿਰਦੇ ਸੀ ਪਰ ਤੀਰਥੋ ਜਦ ਲੋਕਾਂ ਉੱਠਦੀ ਵੇਖੀ ਤਾਂ ਸਾਰਿਆਂ ਦਾ ਧਿਆਨ ਉੱਧਰ ਗਿਆ ਤੀਰਥੋ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਫਿਰ ਖੜੀ ਹੋ ਕੇ ਸਾਰਿਆਂ ਵੱਲ ਮੂੰਹ ਕਰ ਬੋਲੀ ਪਿੰਡ ਵਾਲਿਓ ਪੱਗ ਤਾਂ ਉੱਥੇ ਬਣਾਈ ਜਾਂਦੀ ਹੈ ਜਿੱਥੇ ਪੱਗ ਦੀ ਇੱਜ਼ਤ ਹੋਵੇ ਇਹਨਾਂ ਕੰਜਰਾਂ ਨੇ ਆਪਣੀ ਪੱਗ ਰੱਖੀ ਨਾ ਮੇਰੀ ਚੁੰਨੀ ਦੀ ਪੱਤ ਥੋੜੀ ਨੂੰ ਤੇ ਨੂੰ ਇਹ ਜਾਲਮ ਲੀਰਾਂ ਦੀ ਗੁੱਡੀ ਸਮਝ ਖੇਲਵਾੜ ਕਰਦੇ ਰਹੇ ਮੈਂ ਸਹਿੰਦੀ ਰਹੀ ਪਰ ਅੱਜ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਇਸ ਘਰ ਨਾਲੋਂ ਆਪਣਾ ਰਿਸ਼ਤਾ ਖਤਮ ਕਰਦੀ ਆਂ ਹੋਰ ਮੈਂ ਕੁਝ ਨਹੀਂ ਆਖਣਾ ਪਰ ਇੰਨਾ ਜ਼ਰੂਰ ਆਖੂ ਆਪਣੇ ਫੈਸਲੇ ਮੇਰੇ ਤੇ ਥੋਪਣ ਵਾਲੇ ਆਪਣੇ ਅੰਦਰ ਤਾਂ ਝਾਤੀ ਮਾਰ ਲੈਂਦੇ ਆਖ ਤੀਰਥੋਂ ਆਪਣੀ ਮਾਂ ਤੇ ਧੰਨੂ ਕੋਲਾ ਬੈਠੇ ਬਖਤੌਰਾ ਤੇ ਕਹਿ ਲੋ ਬੁੜਬੁੜ ਜੀ ਕਰਨ ਲੱਗ ਪਏ ਲੋਕ ਵੀ ਉੱਠਣੇ ਸ਼ੁਰੂ ਹੋ ਗਏ ਤੀਰਥੋਂ ਦੇ ਵਿਚੋਲਣ ਵੀ ਅੱਗਾ ਪਿੱਛਾ ਵੇਖ ਖਿਸਕ ਗਈ ਕਾਫੀ ਲੋਕ ਘਰੋਂ ਬਾਹਰ ਆ ਖੜੇ ਤੇ ਗੱਲਾਂ ਹੋਣ ਲੱਗ ਪਈਆਂ ਅਸਕੇ ਜੱਟੀ ਦੇ ਜੇ ਕਿਤੇ ਦਲੇਰੀ ਪਹਿਲਾਂ ਵਿਖਾਈ ਹੁੰਦੀ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਖੂਚੋਂ ਨਿਕਲ ਖਾਤੇ ਚ ਕਿਵੇਂ ਡਿੱਗੇ ਵਿਚਾਰੀ ਹਮੇਸ਼ਾ ਹੀ ਤਾਂ ਮਰਨ ਵਾਲੇ ਕੰਜਰ ਤੋਂ ਵੀ ਦੋ ਰਤੀਆਂ ਉੱਤੇ ਆ ਬਖਤੌਰਾ ਪੱਕਾ ਠੇਠਾ ਰਾ ਟੱਕੀ ਰਿੱਜਣ ਦੇ ਉਹ ਕੀ ਵਿਚਾਰੀ ਗਰੀਬਣੀ ਦੀਆਂ ਗੱਲਾਂ ਕਰਨੀਆਂ ਸ਼ਰਮ ਆਉਂਦੀ ਐ ਚਲੋ ਬਥੇਰਾ ਨਰਕ ਭੋਗ ਗਿਆ ਜੇ ਵੀ ਤਕੜੀ ਬੱਗੀ ਮੁਖਤੌਰੇ ਦੀ ਉਹ ਕੀ ਲੱਗਦੀ ਸੀ ਟੱਟੇ ਦੀ ਝੋਟੀ ਕੀ ਲੱਗਦੀ ਹੁੰਦੀ ਐ ਇੱਕ ਘਰ ਤਾਂ ਡੈਨਵੀ ਛੱਡ ਦਿੰਦੀ ਐ ਕੈਲੋਡੈਨ ਤਾਂ ਆਪਣਾ ਘਰ ਵੀ ਖਾ ਗਈ ਜਦੋਂ ਮੁੱਢੀ ਖਰਾਬ ਸੀ ਲੋਕ ਗੱਲਾਂ ਕਰਦੇ ਰਹੇ ਕੁਝ ਕੁ ਛੱਡ ਸਾਰਿਆਂ ਦੀ ਹਮਦਰਦੀ ਧਿਰਥੋਂ ਨਾਲ ਸੀ ਪਰ ਉਸ ਫੋਕੀ ਹਮਦਰਦੀ ਨੇ ਕੀ ਸਵਾਰਨਾ ਸੀ ਫਿਰ ਕੁਝ ਸਿੰਘ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗੁਰਦੁਆਰੇ ਸਾਬ ਲੈ ਜਾਣ ਲਈ ਉੱਠ ਖੜੇ ਸੀ ਹਰਜੀਤ ਜਿਹੜੀ ਚੁੱਪ ਧਾਰੀ ਬੈਠੀ ਸੀ ਹੌਲੀ ਦੇ ਕੇ ਧਿਰਥੋਂ ਨੂੰ ਬੋਲੀ ਸੀ ਤੇਰਾ ਐਂਉ ਜਾਣਾ ਉਹ ਵੀ ਅੱਜ ਹੀ ਸਾਡੇ ਨਾਲ ਠੀਕ ਰਹੁ ਪਰ ਹਰਜੀਤ ਦੀ ਗੱਲ ਦਾ ਧਿਰਥੋਂ ਕੋਈ ਉੱਤਰ ਦਿੰਦੀ ਤੁਹਾਨੂੰ ਪਹਿਲਾਂ ਹੀ ਬੋਲ ਪੀ ਤੂੰ ਨਿਆਣੀ ਐ ਕਿ ਸਿਆਣੀ ਤੈਨੂੰ ਅਜੇ ਵੀ ਅਕਲ ਨਹੀਂ ਆਈ ਬੇਅਕਲੇ ਕੁੜੀ ਨਰਕ ਚ ਸੁੱਟ ਕੇ ਜਾਣ ਨੂੰ ਤੇਰਾ ਦਿਲ ਕਿਵੇਂ ਵਗੂ ਤੇ ਉਦੋਂ ਹੀ ਜਦੋਂ ਸਾਰੇ ਤੁਰਤਰ ਆ ਗਏ ਧੀਰਥੂ ਆਪਣਾ ਲੀੜਾ ਲੱਤਾ ਇਕੱਠਾ ਕਰਨ ਲੱਗ ਪਈ ਹੁਣ ਘਰ ਪੱਟਣ ਤੇ ਕਿਉਂ ਤੁਲੀ ਐ ਅਕਲ ਹੈ ਕਿ ਨਹੀਂ ਤੇਰੇ ਅੱਗੇ ਜਿਹੜੇ ਸ਼ਬਦ ਕੈਲੋ ਨੇ ਵਰਤੇ ਉਹ ਸੁਣ ਧੰਨੋ ਤੇ ਹਰਜੀਤ ਸੁਣ ਹੋ ਗਈਆਂ ਪੱਟੇ ਦਾ ਕੀ ਪੱਟਿਆ ਜਾਊ ਮਾਈ ਜੇ ਤੇਰੇ ਘਰ ਵਸਾਉਣ ਦੇ ਚਾਲੇ ਹੁੰਦੇ ਫੇਰ ਘਾਟੇ ਘਾਦੇ ਸੀ ਤੇਰੇ ਚ ਤਾਂ ਕਿਸੇ ਬੱਚੇ ਖਾਣੀ ਡੈਣ ਦੀ ਬੁੱਧ ਨਾਲੋਂ ਗਈ ਗੁਜਰੀ ਦਾ ਆਵਾਜ਼ ਬਥੇਰਾ ਮੈਂ ਤੁਹਾਡੇ ਮੂੰਹਾਂ ਲ ਵੇਖਿਆ ਕੀ ਨਹੀਂ ਜਿਹਾਂ ਮੈਂ ਤੀਰਥੋਂ ਨੇ ਆਖਿਆ ਤਾਂ ਕਲੂ ਮੂਤ ਦੀ ਝਾਗਾਂ ਸ਼ੂ ਕਰ ਗਈ ਬਖਤੋਰਾ ਅੱਡ ਬੁੱਲ ਟੁਕਦਾ ਫਿਰਦਾ ਸੀ ਤੀਰਥੋਂ ਨੂੰ ਉਹ ਰੋਕ ਨਹੀਂ ਸਕੇ ਤੀਰਥੋਂ ਆਪਣੀ ਮਾਂ ਹੁਣਾ ਨਾਲ ਮਾਪੀ ਆ ਗਈ ਉਹਨੂੰ ਆਪਣਾ ਆਪ ਉਸ ਕੈਦੀ ਵਾਂਗ ਲੱਗ ਰਿਹਾ ਸੀ ਜਿਨੇ ਆਪਣੀ ਸਾਰੀ ਉਮਰ ਜੇਲ੍ਹ ਚ ਬਿਤਾਉਣੀ ਹੋਵੇ ਤੇ ਆਖਰੀ ਸਾਹ ਤੱਕ ਪਰ ਅਚਾਨਕ ਉਸ ਜੇਲ੍ਹ ਦੇ ਦਰਵਾਜ਼ੇ ਖੁੱਲ ਗਏ ਹੋਣ ਤੇ ਖੁੱਲੇ ਹੋਣ ਸਭ ਕੁਝ ਗਵਾ ਕੇ ਧੰਨਵਾਦ ਚਲ